ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਤੇ ਜਿਸ ਪੰਜਾਬੀ ਸਿੰਗਰ ਤੇ ਐਕਟਰ ਦੀ ਹੁਣ ਮੈਂ ਗੱਲ ਕਰਨ ਜਾ ਰਿਹਾ, ਉਹ ਸਿਰਫ ਬਾਲੀਵੁੱਡ ਦੇ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਦੇ ਵਿੱਚ ਵੀ ਰੋਲ ਕਰਦਾ। ਜੀ ਹਾਂ, ਮੈਂ ਗੱਲ ਕਰ ਰਿਹਾ ਦਿਲਜੀਤ ਦੁਸਾਂਝ ਦੀ। ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦਿਲਜੀਤ ਦੁਸਾਂਝ ਨੇ ਰਿਵੀਲ ਕੀਤਾ ਨੀਰੂ ਬਾਜਵਾ ਦਾ ਬਾਡੀ ਵੇਟ। ਇਸ ਵੀਡੀਓ ਨੂੰ ਦਿਲਜੀਤ ਦੁਸਾਂਝ ਨੇ ਉਸ ਸਮੇਂ ਰਿਕਾਰਡ ਕੀਤਾ ਸੀ ਜਦ ਦਿਲਜੀਤ ਦੁਸਾਂਝ ਆਪਣੀ ਇਸ ਸਾਲ ਦੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟ ਕਰ ਰਹੇ ਸਨ। ਤੁਸੀਂ ਵੀ ਵੇਖੋ ਦਿਲਜੀਤ ਦੁਸਾਂਝ ਦੀ ਇਸ ਵੀਡੀਓ ਨੂੰ। ਲੋ ਜੀ, ਅੱਜ ਨੀਰੂ ਜੀ ਦਾ ਭਾਰ ਦੇਖ ਲਓ, ਮਹਾਰਾਜ 25 ਫੁੱਲਾਂ ਜਿੰਨਾ ਭਾਰ। ਇਟਸ ਆਲ ਮਸਲ, ਇਟਸ ਆਲ ਮਸਲ ਬ੍ਰੋ। ਇਸ ਵੀਡੀਓ ਨੂੰ ਪੋਸਟ ਕਰਦੇ ਆ ਦਿਲਜੀਤ ਦੁਸਾਂਝ ਲਿਖਦੇ ਆ, ਮੇਰਾ 25 ਫੁੱਲਾਂ ਦੇ ਜਿੰਨਾ ਭਾਰ ਮਿੱਤਰਾ, @ ਨੀਰੂ ਬਾਜਵਾ, # ਛੜਾ 21 ਜੂਨ, PS ਮਸ਼ੀਨ ਖਰਾਬ ਹੈ। ਦੱਸ ਦਈਏ ਤੁਹਾਨੂੰ ਕਿ ਦਿਲਜੀਤ ਦੁਸਾਂਝ ਦੀ ਇਸ ਸਾਲ ਦੀ ਪਹਿਲੀ ਫਿਲਮ ਛੜਾ ਰਿਲੀਜ਼ ਹੋ ਜਾਏਗੀ 21 ਜੂਨ ਨੂੰ, ਜਿਸ ਦੇ ਵਿੱਚ ਦਿਲਜੀਤ ਦੁਸਾਂਝ ਦਾ ਸਾਥ ਦੇ ਰਹੇ ਨੇ ਨੀਰੂ ਬਾਜਵਾ। ਸੋ ਕਿਹੋ ਜਿਹੀ ਲੱਗੀ ਹੈ ਤੁਹਾਨੂੰ ਦਿਲਜੀਤ ਦੁਸਾਂਝ ਦੀ ਇਹ ਫਨੀ ਵੀਡੀਓ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ।